अगर आपने हमारे चैनल को सब्सक्राइब नहीं किया है तो इसे सब्सक्राइब कर लें। कोरोना दौरान पंजाब में लंबे समय से कर्फ्यू लॉकडाउन चल रहा है, लोगों का कामकाज बिल्कुल ठप पड़ा है। हल्का लंबी के गांवों के गरीब मजदूर परिवारों की औरतों ने प्राइवेट कंपनियों से अपनी जरूरतों के लिए कर लिए थे, पर लॉकडाउन दौरान कोई कामकाज न चलने से वह किस्तें भरने से असमर्थ है। गरीब परिवारों की औरतों का आरोप है कि कंपनी वाले डरा धमका रहे हैं और धमकी दे रहे हैं कि जेकर किस्त ब्याज समेत न वापस की तो उनके घरों का सामान उठा लिया ਸਰਕਾਰ ਨੇ ਇਹ ਗੱਲ ਕਹੀ ਸੀ ਤੁਸੀਂ ਅੰਦਰ ਬੈਠੋ, ਆਪਦੀ ਬਚਤ ਰੱਖੋ, ਹੋਰ ਦੀ ਬਚਤ ਰੱਖੋ। ਅਸੀਂ ਜੇ ਅੰਦਰ ਤਾਂ ਬਹਿ ਗਏ ਫਿਰ ਹੁਣ ਖਾਈਏ ਕਿੱਥੋਂ? ਚੱਲ ਖਾਣ ਦਾ ਤਾਂ ਸਾਡਾ ਜੀ ਜਿਹੜਾ ਕੁਛ ਹੁੰਦਾ ਠੀਕ ਆ, ਸਾਨੂੰ ਕੁਛ ਨੀ ਮਿਲਦਾ, ਇੰਨਾ ਰਾਸ਼ਨ ਮਿਲਿਆ ਸਰਕਾਰ ਕਰੂ। ਇੱਕ ਸਾਡੀ ਜੀ ਕਿਸਤਾਂ ਸਾਨੂੰ ਬਹੁਤ ਪਰੇਸ਼ਾਨ ਕਰਦੇ ਆ, ₹15,000 ਲੋਕਡਾਊਨ ਕਰਕੇ ਨਹੀਂ ਸਾਥੋਂ ਭਰਿਆ ਜਾਂਦਾ ਤੇ ਬੰਦੇ ਸਾਡੇ ਕੰਮ ਤੇ ਨੀ ਜਾਂਦੇ ਗੇ, ਅੰਦਰ ਬੈਠੇ ਤੇ ਜਵਾਕਾਂ ਨੂੰ ਖਵਾਜੇ ਕਿੱਥੋਂ ਤੇ ਭਰਗੇ ਕਿੱਥੋਂ ਜੀ ਕਿਸ਼ਤਾਂ? ਅਸੀਂ ਕੀ ਕਹਿ ਰਹੇ ਕੰਪਨੀ ਵਾਲਿਆਂ ਦੇ? ਸਾਨੂੰ ਧਮਕੀਆਂ ਦਿੰਦੇ ਆਨਲਾਈਨ ਕਿਸ਼ਤਾਂ ਕਰੋ, ਆਨਲਾਈਨ ਕਿੱਥੋਂ ਕਰ ਗਏ ਜੀ? ਸਾਡੇ ਕੰਮ ਹੀ ਨਹੀਂ ਚੱਲ ਰਿਹਾ, ਅਸੀਂ ਆਨਲਾਈਨ ਕਿੱਥੋਂ ਕਰ ਗਏ ਜੀ ਕਿਸ਼ਤਾਂ? ਅਸੀਂ ਸਾਡੀ ਇਹੀ ਬੇਨਤੀ ਵੀ ਸਾਨੂੰ ਕਿਸ਼ਤਾਂ ਮਾਫ ਹੋ ਜਾਣ। ਹਾਂ ਇੱਥੋਂ ਪਿੰਡ ਦੇ ਕਿੰਨੇ ਕੁ ਬੰਦੇ ਹੋਣਗੇ ਜਿਨ੍ਹਾਂ ਨੇ ਪੈਸੇ ਲਏ? ਬਹੁਤ ਹੋਊਗਾ, 250 ਬੰਦਾ ਜੀ। ਹਾਂ ਪਰੇਸ਼ਾਨ, ਬਹੁਤ ਪਰੇਸ਼ਾਨ ਹੈ ਜੀ। ਗਿੱਦੜ ਬਾਹਾ ਸੇ ਸ਼ਕਤੀ ਜਿੰਦਲ ਕੀ ਰਿਪੋਰਟ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇ।